दविंदर हाँ जी, कुड़ी दा मूर को ठुई नहीं की गल। तानू किदां पता वा? वो दुकान ते आई मेरे को आंदी मिलन नहीं आया, मैं मेरा टाइम नहीं लगा अच्छा ते थोड़ा जिहा मूड होखा हुंदा सी। इंग्लैंड गया तां बहुत वधिया कीता तुसीं, चंगे ही होणे आ इदां दी गल्लां करदी। की गल होई है? अच्छा दुकान ते भी जाई आ? हां नहीं मेरी गल सुनो, इत्थे ते कदे उहनूं डक्का दूरा नहीं कीता, उत्थे हुण कम करना पैंदा ही जिहड़ी मेन गल वा, ते हुण उहनूं विचारे नूं माड़ी कहिणा, इन्ना चिर हो गया तुहानूं वी पता आउंदे जांदे परमजीत को कदी उहने दंद दंद नहीं चुक्या। चलो मैं मानदी आ थोड़ी जी अड़ब सड़ी, पर ये थोड़ी भी उहनूं हुण इत्थे आण के सारिआं नूं दसी जांदी आ, सहुरिआं दीआं गल्लां पेके नहीं दसदीआं। ਹੁਣ ਅਸੀਂ ਕਿੰਨੀਆਂ ਕੁ ਜਾ ਕੇ ਦੱਸਦੇ ਤੇ ਉੱਥੇ ਦੀਆਂ ਇੱਥੇ ਆਣ ਕੇ ਕਿੰਨੀਆਂ ਕੁ ਦੱਸਦੇ ਆ? ਨਹੀਂ ਇਹੋ ਜੀ ਘਰ ਦਾ ਵਸੇਬਾ ਨਹੀਂ ਹੁੰਦਾ, ਕੁੜੀ ਨੂੰ ਸਮਝਾਓ ਜਰੀ, ਨਿੱਕੀ ਅਜੇ ਸਮਝ ਨਹੀਂ ਉਹਨੂੰ। ਇਹੋ ਜੀ ਉਹਨੇ ਕੋਈ ਗੱਲ ਨਹੀਂ ਕੀਤੀ, ਉਦਾਂ ਉਹਦਾ ਮੂਡ ਮੈਂ ਵੇਖ ਲਿਆ ਜਿੱਦਾਂ ਦੀ, ਇਹ ਕੰਮ ਤਾਂ ਅੱਗੇ ਵੀ ਇੱਥੇ ਕਰਦੀ ਸੀ, ਗੱਲ ਤਾਂ ਕੋਈ ਹੋਰ ਲੱਗਦੀ ਮੈਨੂੰ। ਹੋਰ ਗੱਲ ਕੋਈ ਨਹੀਂ ਆ, ਉਹ ਕਿਤੇ ਤੁਰਨ ਲੱਗੀ ਨੇ ਰੁਪਈਆ 500 ਦਿੱਤਾ, ਚੱਲ ਉਹ ਤੇ ਮੈਂ ਮੰਨਦੀ ਵੀ ਪਰਮਜੀਤ ਦੀ ਗਲਤੀ ਆ, ਉਹ ਤੇ ਮੈਂ ਉਹਨੂੰ ਪੁੱਛੂਗੀ ਵੀ ਨਵੀਂ ਸਮੀ ਸੀ, ਚੱਲ 100 ਖਰਚੇ ਹੁੰਦੇ ਧੀ ਭੈਣ ਦੇ। ਨਹੀਂ 500 ਰੁਪਈਆ ਦਿੱਤਾ ਪਰਮਜੀਤ ਨੇ? ਤੁਹਾਨੂੰ ਵੀ ਪਤਾ ਵਾ ਜਦੋਂ ਹੁਣ ਅਸੀਂ ਪੇਕੇ ਜਾਂਦੀ ਆ ਸੜਕੋਂ ਕਿੰਨੇ ਕੁ ਹੁੰਦੇ ਆ ਤੇ ਕਿੰਨੇ ਕੁ ਦੇ ਕੇ ਤੋਰਦੇ ਜੇ ਤੁਸੀਂ? ਉਹ ਦਵਿੰਦਰ ਮੈਨੂੰ ਪਤਾ ਵਾ, ਘਰੋਂ ਤੋਂ ਵੱਖਰੇ ਲੈ ਕੇ ਜਾਂਦੀ ਤੇ ਦੁਕਾਨ ਤੋਂ ਮੇਰੇ ਕੋਲ ਵੱਖਰੇ ਲੱਗ ਜਾਂਦੇ, ਮੈਨੂੰ ਪਤਾ ਹੀ ਆ। ਕਦੀ ਉਹਨੂੰ 2,000-2,500 ਥੱਲੇ ਭੇਜਿਆ ਨਹੀਂ ਜਦੋਂ ਜਾਣਾ ਹੋਵੇ, ਤੇ ਕਦੀ ਹਿਸਾਬ ਨੂੰ ਨਹੀਂ ਮੰਗਿਆ। ਜਦੋਂ ਮੈਂ ਗਲਤੀ ਮੰਨਣ ਡਈ ਆ ਕਿ ਮੈਂ ਪਰਮਜੀਤ ਨੂੰ ਪੁੱਛੂਗੀ ਵੀ ਤੂੰ ਆਹ ਕੀ ਚੱਜ ਕੀਤਾ, ਅਜੇ ਰਾਤ ਕਿਹੜੀ ਤੇ ਦਿਨ ਕਿਹੜੀ ਤੂੰ ਕੁੜੀ ਨੂੰ 500 ਰੁਪਈਆ ਦੇ ਕੇ ਤੋਰਤਾ, ਉਹ ਤੇ ਮੈਂ ਗੱਲ ਕਰੂੰਗੀ, ਪਰ ਇਹ ਜਿਹੜੀ ਨਿੱਕੀ ਨਿੱਕੀਆਂ ਗੱਲਾਂ ਆਣ ਕੇ ਦੱਸਣ ਡਈ ਨਾ, ਇਹ ਗੱਲ ਮਾੜੀ ਹੈ ਸੁੱਖ ਵਾਲੀ। ਮੈਨੂੰ ਉਹਨੇ ਕੋਈ ਗੱਲ ਨਹੀਂ ਦੱਸੀ, ਨਿੱਕੀ ਨਿੱਕੀ ਕੋਈ ਗੱਲ ਦੱਸੀ, ਮੈਂ ਤਾਂ ਮੂਡ ਤੇ ਵੇਖ ਲਿਆ ਜਿੱਦਾਂ ਬੋਲੀ, ਪਰ ਉਹਦਾ ਥੋੜਾ ਬਹੁਤਾ ਉਹਨਾਂ ਨੂੰ ਚਾਹੀਦਾ ਸੀ 500 ਰੁਪਈਆ। ਨਵੀਂ ਵਿਆਹੀ ਸਹੀ ਆ, 100 ਖਰਚੇ ਹੁੰਦੇ ਕੁੜੀ ਦੇ, ਇਦਾਂ ਥੋੜੀ ਗੱਲ ਬਣਦੀ ਆ। ਚੱਲ ਕੋਈ ਨਹੀਂ, ਇਦਾਂ ਕਰਨ ਲੱਗੇ ਤੇ ਗਾਂ ਗਾਂ ਦੀ ਗੱਲ ਸੁਣੋ, ਤੁਸੀਂ ਲੁੱਟੇ ਨਹੀਂ ਜੇ, ਦੋ ਹਾਂ ਕੁੜੀ ਨੂੰ ਸ਼ੌਪਿੰਗ ਲਈ ਪੈਸੇ, ਜੋ ਮਰਜ਼ੀ ਲੈ ਲੈ, ਦੇ ਦਾਂਗੇ ਪਰ ਉਹਨਾਂ ਦਾ ਫਰਜ਼ ਨਹੀਂ ਬਣਦਾ। ਉਦੋਂ ਤੇ ਕਹਿੰਦੇ ਸੀ ਨਾ ਜੀ ਨਾ, ਐਂ ਤੇ ਆ ਐਂ ਤੇ ਆ, ਹੁਣ ਇਹ ਹੁਣੇ ਹੀ ਇਦਾਂ ਕਰਦੇ ਤੇ ਗਾਂ ਕਿਉਂ ਕੀ ਕਰਨਗੇ? ਨਹੀਂ ਗਾਂ ਕੀ ਕਰਨਾ ਵਾ, ਮੁੰਡੇ ਨੇ ਵੀਜ਼ਾ ਘਲਣਾ, ਸੁੱਖ ਨੇ ਚੜ ਉੱਤੇ ਜਹਾਜ਼ ਤੇ ਚੱਲ ਇੰਗਲੈਂਡ ਪਹੁੰਚ ਜਾਣਾ, ਤੇ ਸਾਨੂੰ ਸੋਭਾ ਵਾਧੂ ਦੀ ਵਾਧੂ, ਤੁਸੀਂ ਤੇ ਐਵੇਂ ਟੈਨਸ਼ਨ ਲਈ ਜਾਂਦੇ ਜੇ। ਤੇ ਇਹ ਕੰਮ ਦੀ ਟੈਨਸ਼ਨ ਹੁੰਦੀ ਹੈ, ਜ਼ਿੰਮੇਵਾਰੀ ਹੈ ਸਾਡੀ, ਅਸੀਂ ਗਾਂ ਸਿਰ ਚੁੱਕ ਕੇ ਗਾਂ ਕੀਤਾ ਸਾਰਾ ਰਿਸ਼ਤਾ ਵੀ ਸਾਡੇ ਮੂੰਹ ਨੂੰ ਕਰੋ। ਬਾਕੀ ਮੇਰੀ ਗੱਲ ਸੁਣ, ਉਹਨੂੰ ਸਮਝਾ ਥੋੜ੍ਹਾ ਜਿਹਾ ਪਰਮਜੀਤ ਨੂੰ, ਤੈਨੂੰ ਵੀਰ ਦਾ ਪਤਾ ਹੀ ਆ, ਉਹਨੇ ਆਪਣੇ ਸਹੁਰੇ ਨਹੀਂ ਛੱਡੇ, ਤੇ ਮੁੜ ਕੇ ਕੱਲ੍ਹ ਨੂੰ ਨਿੱਕੀ ਹੋ ਗਈ ਨਾ ਤੇ ਉਹਨੇ ਟੱਕਰ ਡਾਲੀ ਤੇ ਸਿਆਪਾ ਨਵਾਂ ਪੈ ਜਾਣਾ, ਤੇ ਰਿਸ਼ਤੇਦਾਰੀ ਨਵੀਂ ਨਵੀਂ ਆ, ਚੰਗੇ ਨਹੀਂ ਲੱਗੀ ਦਾ, ਜ਼ਿੰਮੇਵਾਰੀ ਸਾਡੀ ਆ, ਕੱਲ ਨੂੰ ਉਹਨੇ ਕਹਿਣਾ ਤੁਸੀਂ ਤੇ ਕਹਿੰਦੇ ਲੈ ਗਾਲੀ ਕੋਈ ਨਹੀਂ, ਉਹਦੇ ਤੂੰ ਵੀ ਕਹਿੰਦੀ ਮੈਂ ਸਮਝਾ ਲੂੰ, ਜਦੋਂ ਮੈਂ ਕਹਿਤਾ ਵਾ ਹੁਣ ਤੇ ਆਉਂਦਿਆਂ ਹੀ ਪ੍ਰੀਤ ਨੂੰ ਵੀ ਦੱਸਤਾ, ਉਹ ਵੀ ਡਈ ਕਹਿਣ 500 ਰੁਪਈਆ ਦਿੱਤਾ, ਮੁੰਡੇ ਨੂੰ ਸਗਨ ਨਹੀਂ ਦਿੱਤਾ, ਪਹਿਲੀ ਵਾਰੀ ਆ ਮੁੰਡੇ ਨੂੰ ਉਹਨੇ ਮੈਨੂੰ ਉਸੇ ਵੇਲੇ ਫੋਨ ਕਰਤਾ, ਆਂਦੀ ਸੱਚ ਮੈਂ ਗੌਰਵ ਨੂੰ ਪੈਸੇ ਦੇਣੇ, ਮੈਂ ਤੇ ਭੁੱਲ ਗਈ ਦਵਿੰਦਰੇ, ਮੈਨੂੰ ਤਾਂ ਬੜੀ ਸ਼ਰਮ ਆਈ ਤੇ ਉਹ ਮੇਰੇ ਕੋ ਵੀ ਹੈਨੀ ਸੀ ਨਹੀਂ ਤੇ ਮੈਂ ਗੋਰੇ ਨੂੰ ਫੜਾ ਦਿੰਦੀ। ਲੈ ਤੂੰ ਫੜਾ ਦਿੰਦੀ ਉਹਨੂੰ, ਮੈਂ ਉਹਨੂੰ ਦੇ ਦੇਣੇ ਸੀ ਉਹਨੇ, ਭੈਣਾ ਕਰ ਲੈਂਦੀਆਂ ਹੁੰਦੀਆਂ ਵਾਧਾ ਘਾਟਾ, ਹੱਦ ਕਰਦੇ ਤੁਸੀਂ ਵੀ ਇਦਾਂ ਕਰਨ ਲੱਗੀ, ਫਿਰ ਇਹਦਾ ਤਾਂ ਕੁੜੀ ਨੂੰ ਤੂੰ ਆਖੂ ਘਰ ਵਰ ਅਸੀਂ ਦਿਆ ਕਰਾਂਗੇ ਵੀ ਉਹਨੂੰ ਦੇ, ਉਹਨਾਂ ਦਿੱਤੇ ਨਹੀਂ ਪੈਸੇ, ਉਹਨਾਂ ਨੂੰ ਨਹੀਂ ਪਤਾ ਵੀ ਖਰਚੇ ਕਿੰਨੇ ਆ, ਭਈਆ 2,000-4,000 ਫੜਾਉਂਦੇ ਉਹਦੇ ਹੱਥ 'ਚ, ਇੰਗਲੈਂਡ ਨੂੰ ਹੀ ਚੱਟਣਾ ਵਾ ਜਦੋਂ ਪੈਸੇ ਨਹੀਂ ਦਿੱਤੇ ਉਹਨਾਂ, ਅਸੀਂ ਤਾਂ ਹੁਣ ਦੇਵਾਂਗੇ ਮਾੜੇ ਚੰਗੇ। ਹਾਏ ਹਾਏ ਦਵਿੰਦਰੇ, ਇਹਦੇ ਸਾਰਾ ਟੱਬਰ ਭੂੰਡਾ ਦੀ ਖੇਖਾ ਰੰਗ ਸਿਲ ਗਿਆ ਵਾ, ਮੇਰੇ ਹੁਣ ਦਿਨ ਮਾੜੇ ਹੀ ਲੱਗਣ ਡਏ ਆ। ਇਹੋ ਜਿਹੀ ਕੁੜੀ ਆ ਜਿਹਨੇ ਆਉਂਦਿਆਂ ਸਾਰੇ ਟੱਬਰ 'ਚ ਗੱਲ ਖਿਲਾਰਤੀ ਆ। ਫੋਨ ਕਿਹਦਾ ਆ ਗਿਆ? ਪਰਮਜੀਤ ਦਾ ਫੋਨ। ਹੈਲੋ, ਹਾਂ ਭੈਣ ਸਤਿ ਸ਼੍ਰੀ ਅਕਾਲ, ਠੀਕ ਠਾਕ, ਬਸ ਕਰਨਾ ਕੁਰਨਾ ਕੀ ਪੋਚਾ ਲਾਉਣ ਡਈ? ਹਾਂ ਸੁੱਖ ਵੀ ਠੀਕ ਆ। ਲੈ ਹਾਏ ਭੈਣਾ, ਅਜੇ ਤੇ ਤੀਜਾ ਦਿਨ ਆ ਕੁੜੀ ਨੂੰ, ਉਹ ਤੇ ਅੱਗੇ ਬੜੇ ਗਰਮ ਆ ਵੀ ਅਸੀਂ 10 ਦਿਨਾਂ ਦੀ ਗੱਲ ਕੀਤੀ ਵੀ ਚੱਲ 10 ਦਿਨ ਰਹਿਣ ਦੇਣਗੇ, ਤੇ ਤੂੰ ਤੇ ਉਹ ਗੱਲ ਕਰਦੀ ਆ ਫਿਰ। ਉਹ ਸਿਹਤ ਦਾ ਤੇ ਪਤਾ ਮੈਨੂੰ ਨਹੀਂ ਠੀਕ ਆ, ਪਰ 2-4 ਦਿਨ ਹੋਰ ਰਹਿ ਲੈਂਦੇ, ਆਹਾ ਗਰਮ ਨਾ ਹੋ। ਚੱਲ ਮੈਂ ਕਰਦੀ ਸੁੱਖ ਨਾਲ ਗੱਲ, ਠੀਕ ਆ। ਭੈਣ ਦਾ ਵੀ ਕੋਈ ਹਾਲ ਨਹੀਂ ਆ, ਕੁੜੀ ਨੂੰ ਅਜੇ 3 ਦਿਨ ਹੋਏ ਆਈ ਨੂੰ, ਇਹਨੂੰ ਲਿੜਕੜੀ ਲੱਗ ਵੀ ਗਈ ਆ, ਦੱਸ ਮੈਂ ਕੀ ਆਖਾਂ, ਉਹ ਤੇ ਮੇਰੇ ਅੱਗੇ ਵੈਰ ਪਏ ਆ। ਸੁੱਖ ਉਰੇ ਆ, ਮੇਰੀ ਗੱਲ ਸੁਣ। ਸੁੱਖ, ਸੱਸ ਦਾ ਫੋਨ ਆਇਆ ਵਾ, ਕੀ ਕਹਿੰਦੀ? ਸਿਹਤ ਥੋੜੀ ਜਿਹੀ ਠੀਕ ਨਹੀਂ ਆ, ਉਹ ਤੇ ਬੜੀ ਨਾਰਾਜ਼ ਹੋਣ ਡਈ ਵਿਚਾਰੀ, ਕਹਿੰਦੀ ਤੂੰ 2 ਦਿਨ ਦਾ ਕਿਹਾ ਸੀ ਤੈਨੂੰ ਮੈਂ, ਤੇ ਤੁਸੀਂ ਅੱਜ 3ਰਾ ਦਿਨ ਆ, ਤੇ ਮੇਰੀ ਧੀ ਕੱਪੜੇ ਪਾ ਤੇ ਚੱਲ ਜਾ, ਪੁੱਛ ਲਾ ਬੀਜੀ ਨੂੰ ਕੀ ਆਂਦੇ ਆ। ਕੋਈ ਗੱਲ ਨਹੀਂ ਭਾਬੀ, ਚੱਲ ਜਾਂਗੇ। ਆਹੋ ਉਹਦੀ ਸਿਹਤ ਠੀਕ ਨਹੀਂ ਤੇ ਉਹ ਬੜਾ ਹੀ ਡਈ ਸੀ ਹੂੰ ਹਾਂ ਕਰਨ, ਮੈਨੂੰ ਲੱਗਦਾ ਜ਼ਿਆਦਾ ਹੀ ਆ। ਤੂੰ ਚੱਲ ਜਾ, ਲੜਾਈ ਪਾ ਕੇ ਕੋਈ ਫਾਇਦਾ ਨਹੀਂ, ਅਸੀਂ ਸਾਰੀਆਂ ਉਹਦੀਆਂ ਥੋੜੀ ਮੰਨੀ ਜਾਣੀਆਂ ਵਾ, ਫਿਰ ਤੈਨੂੰ ਲਿਆਵਾਂਗੇ ਜਾ ਕੇ, ਤੇ ਨਾਲੇ ਕੈਪਟਨ ਨੂੰ ਫੋਨ ਲਾ ਕੇ ਦੱਸੂਗੀ ਵੀ ਉਹ ਜਾ ਕੇ ਉੱਥੇ ਬੈਠੀ ਆ, ਫਿਰ ਅਗਲਾ ਇੱਥੇ ਫੋਨ ਕਰੂਗਾ, ਫਿਰ ਬੀਜੀ ਟੈਨਸ਼ਨ ਲੈਣਗੇ, ਤੈਨੂੰ ਪਤਾ ਹੈਗਾ ਵਾ।
ਤੇ ਮੇਰੀ ਤੇ ਭਾਬੀ ਜਿੱਦਣ ਦੀ ਮੈਂ ਆਈ ਆ ਤੁਹਾਡੇ ਸਾਹਮਣੇ ਇੱਕ ਵਾਰੀ ਨਹੀਂ ਕੀਤਾ। ਮੰਮੀ ਸਗੋਂ ਮੈਨੂੰ ਪੁੱਛਦੇ ਸੀ ਤੇ ਮੈਂ ਹਾਂ ਆਇਆ ਵਾ। ਉਹ ਕਹਿਣ ਡਈ ਜਿੱਦਣ ਦੀ ਗਈ ਮੈਨੂੰ ਤੇ ਉਦੋਂ ਦਾ ਬੁਖਾਰ ਬੜਾ ਚੜਨ ਡਿਆ ਵਾ ਤੇ ਦਵਾਈ ਲੈਣ ਗਏ ਸੀ ਦੋਵੇਂ ਜਾਣੇ। ਚਲੋ ਠੀਕ ਆ ਕੋਈ ਨਹੀਂ। ਆਹੋ ਕੋਈ ਨਾ ਕਰ ਲੈ ਬੀਜੀ ਨਾਲ ਗੱਲ। ਕੀ ਕਰੀ ਜਾਣ ਡੇ ਭਾਬੀ ਜੀ? ਕੁਛ ਨਹੀਂ, ਸਿਆਲ 'ਚ ਇੰਨੇ ਕੱਪੜੇ ਹੋ ਜਾਂਦੇ ਨਾ, ਜਿੰਨੇ ਚੁੱਕੋ ਉਨਾ ਫੇਰ ਫਲਾਦਾ ਰਹਿੰਦਾ। ਤੇ ਮੈਂ ਕੀ ਕਹਿਣ ਡਈ ਵੀ ਫੋਨ ਆਇਆ ਪਿੰਡੋਂ। ਪਿੰਡੋਂ ਫੋਨ ਆਇਆ? ਆਹ ਤੇ ਕਹਿਣ ਸਸਤੇ ਦੀ ਦਾ। ਆਹ ਦਵਿੰਦਰ ਭਾਬੀ ਕਹਿਣ ਡਏ ਸੀ ਵੀ ਕਹਿੰਦੀ ਮੈਂ ਠੀਕ ਨਹੀਂ ਹਾਂ, ਬੁਖਾਰ ਚੜਿਆ ਤੇ ਆ ਜਾ। ਆ ਜਾ। ਆਹ ਹੋਰ ਕੀ ਕਰਨਾ, ਫਿਰ ਜਾਣਾ ਤੇ ਪੈਣਾ ਹੀ ਆ ਹੁਣ। ਏਡੀ ਛੇਤੀ? ਕਹਿਣ ਡਏ ਬੁਖਾਰ ਚੜਿਆ ਵਾ, ਉਦੋਂ ਦਾ ਹੀ ਫਿਰ ਬਿਮਾਰ ਆ ਜਿੱਦਣ ਦੀ ਤੂੰ ਗਈ। ਬਹਾਨੇ ਬੁਹਾਨੇ ਤਾਂ ਨਹੀਂ ਲੱਗਦੇ? ਕੀ ਪਤਾ ਭਾਬੀ, ਹੁਣ ਉੱਥੇ ਜਾ ਕੇ ਹੀ ਪਤਾ ਲੱਗੂਗਾ। ਬੀਜੀ ਨੇ ਕੀ ਕਿਹਾ? ਬੀਜੀ ਨੂੰ ਤੇ ਮੈਂ ਦੱਸਿਆ ਹੀ ਨਹੀਂ ਆ, ਮੰਮੀ ਤੋਂ ਬਾਹਰ ਹਵੇਲੀ ਵੱਲ ਗਏ ਸੀ, ਆਏ ਨਹੀਂ ਅਜੇ। ਚੱਲ ਮੈਂ ਆਪੇ ਗੱਲ ਕਰੂੰ ਬੀਜੀ ਨਾਲ, ਹੌਲੀ ਨਾਲ। ਤੂੰ ਨਾ ਦੱਸੀ, ਉਹਨਾਂ ਨੇ ਗੁੱਸਾ ਕਰਨਾ ਵਾ। ਤੈਨੂੰ ਪਤਾ ਉਹਨੂੰ ਕਿੰਨਾ ਤੇਰੇ ਆਉਣ ਦਾ ਚਾਅ ਸੀ, ਤੇ ਕਹਿਣਾ ਅਜੇ 4 ਦਿਨ ਰਹਿਣ ਵੀ ਨਹੀਂ ਦਿੱਤਾ ਸਾਡੇ ਕੋਲ, ਤੇ ਇਹਨਾਂ ਨੂੰ ਲਿਲ ਵੀ ਲੱਗ ਗਈ ਵੀ ਆ ਜਾ। ਚਲੋ ਤੁਸੀਂ ਆਪੇ ਗੱਲ ਕਰ ਲਿਓ ਫਿਰ। ਬੀਜੀ, ਸੁੱਖ ਦੀ ਸੱਸ ਦਾ ਫੋਨ ਆਇਆ ਸੀ ਤੇ ਕਹਿਣ ਡਈ ਮੈਂ ਠੀਕ ਨਹੀਂ, ਛੱਡ ਜੋ। ਹੈਂ? ਛੱਡ ਕੇ ਜਾ ਇੰਨੀ ਛੇਤੀ? ਉਹ ਕਹਿਣ ਡਈ ਬੁਖਾਰ ਚੜਦਾ ਮੈਨੂੰ ਜਿੱਦਣ ਦੀ ਆਈ ਆ। ਇਸ ਜਨਾਨੀ ਨੇ ਬੜਾ ਤੰਗ ਕੀਤਾ, ਕੋਈ ਲੈਣ ਦੇਣ ਤੋਂ ਨਹੀਂ? ਨਹੀਂ ਬੀਜੀ, ਲੈਣ ਦੇਣ ਨੂੰ ਹੀ ਕਿਹੜੀ ਕੋਈ ਕਮੀ ਰੱਖੀ ਆ, ਹੋ ਸਕਦਾ ਨਾ ਵੀ ਠੀਕ ਹੋਵੇ। ਹੁਣ ਫੋਨ ਕਰਨ ਡਈ ਚੇਚਾ, ਮੁੜ ਕੇ ਕੈਪਟਨ ਨੂੰ ਕਹੂਗੀ, ਉਹ ਨਾਰਾਜ਼ ਹੋਊਗਾ ਵੀ ਮੇਰੀ ਮਾਂ ਬਿਮਾਰ ਭੇਜਿਆ ਨਹੀਂ ਆ। ਏਦਾਂ ਕਰੀਏ, ਕੋਈ ਨਹੀਂ ਛੱਡ ਆਉਂਦੇ ਹਾਂ, ਫਿਰ ਲੈਵਾਂਗੇ। ਚਲੋ ਵੇਖ ਲਓ, ਤੁਹਾਡੀ ਮਰਜ਼ੀ ਪੁੱਤ, ਪਰ ਮੇਰਾ ਨਹੀਂ ਮਨ ਕਰਦਾ ਕਲਾਉਣ ਨੂੰ। ਹੁਣ ਨਵੇਂ ਸਮੇਂ ਸਾਕ ਆ, ਜਵਾਬ ਵੀ ਨਹੀਂ ਦਿੱਤਾ ਜਾਂਦਾ। ਤੂੰ ਫਿਰ ਕੱਪੜੇ ਬਣਾ ਦਿਓ। ਉਹ ਮੰਮੀ ਜਦੋਂ ਰਹਿਣ ਤੇ ਉਹਨਾਂ ਨੇ ਦਿੱਤਾ ਨਹੀਂ ਆ, ਤਾਂ ਕੱਪੜੇ ਕੀ ਕਰਨੇ ਬਣਾ ਕੇ ਹੁਣ? ਪੁੱਤਾ ਸਾਡਾ ਹੱਕ ਵਾ। ਕੋਈ ਗੱਲ ਨਹੀਂ, ਭਾਵੇਂ ਤੂੰ 1 ਦਿਨ ਰਹੀ 2 ਦਿਨ ਰਹੀ, ਤੇਰੇ ਰਹਿਣ ਨੂੰ ਬਣਾ ਕੇ ਦੇਣੇ, ਉਦਾਂ ਵੀ ਤਾਂ ਬਣਾ ਕੇ ਹੀ ਦੇਣੇ ਸੀ। ਤੇ ਫਿਰ ਇੱਦਾਂ ਕਰਿਓ, ਮੋਟਾ ਸੂਟ ਲਿਆਇਓ। ਕਿਉਂ? ਦੂਜੇ ਨਾਲ ਲਿਆਇਓ, ਘਰ ਕਿਹੜੇ ਫਿਰ ਪੈਂਦੇ ਆ, ਹੁਣ ਠੰਡ ਵਾ। ਗੱਲ ਨਹੀਂ ਸੁੱਖ, ਮੋਟਾ ਹੀ ਬਣਾ ਦਾਂਗੇ, ਪਰ ਸਵੇਰੇ ਜਾ ਕੇ ਲਿਆਵਾਂਗੇ, ਹੁਣ ਤਾਂ ਟਾਈਮ ਬੜਾ ਹੋਇਆ ਵਾ। ਚਲੋ ਕੋਈ ਨਹੀਂ। ਸੁੱਖ, ਬੜਾ ਸੱਸ ਨੇ ਤੰਗ ਤੇਰੇ ਨਾਲ ਕੀਤਾ, ਗੱਲ ਕੀ ਆ? ਉਹ ਕੋਈ ਗੱਲ ਨਹੀਂ ਮੰਮੀ, ਗੱਲ ਕੀ ਹੋਣੀ ਆ, ਸਭ ਠੀਕ ਹੀ ਆ। ਮਾਰਾ ਖਰਾਬ ਹੁੰਦਾ ਵਾ, ਉਹ ਮਨ ਨਹੀਂ ਐਵੇਂ ਖਰਾਬ ਕਰੀਦਾ ਹੁੰਦਾ। ਕੁਛ ਵੀ ਗੱਲ ਨਹੀਂ ਆ, ਉਹਦਾ ਵੀ ਤਾਂ ਜਾਣਾ ਹੀ, ਮੰਮੀ ਠੀਕ ਨਹੀਂ ਆ ਤੇ ਤਾਂ ਕਰਕੇ ਫੋਨ ਡਏ ਹੀ ਕਰਨ। ਟੈਨਸ਼ਨ ਨਹੀਂ ਲੈਣੀ ਐਵੇਂ, ਇਹਦਾ ਤਾਂ ਜੀ ਨਹੀਂ ਕਰਦਾ ਕਲਾਉਣ ਨੂੰ। ਲੈ ਹੁਣ ਜਾਣਾ ਤੇ ਪੈਣਾ ਹੀ ਆ। ਦਵਿੰਦਰ? ਹਾਂ ਜੀ। ਸੁੱਖ ਦਾ ਕਿੱਦਾਂ ਕਰਨਾ ਫਿਰ? ਉਹ ਤੇ ਕੱਲ ਹੀ ਪਈ, ਇਹਦੇ ਸੱਸ ਦਾ ਸ਼ਾਮੀ ਫੋਨ ਆਇਆ ਸੀ ਤੇ ਕਹਿੰਦੀ ਹੁਣ ਛੱਡ ਕੇ ਜਾਓ। ਆਹੋ ਜਾਣਾ ਤੇ ਮੈਂ ਹੁਣ ਤੇ ਨਹੀਂ, ਸਵੇਰੇ ਛੱਡ ਜਾਾਂਗੇ। ਹੁਣ ਤੇ ਮੈਂ ਟਾਈਮ ਬੜਾ ਹੋਇਆ ਤੇ ਮੈਂ ਭਾਵੇਂ ਉਹ 2 ਦਿਨ ਰਹਿ ਕੇ ਚੱਲੀ, ਭਾਵੇਂ 4 ਦਿਨ, ਕੱਪੜੇ ਤੇ ਬੰਦੇ ਹੀ ਆ। ਤੇ ਨਾਲੇ ਉਹ ਕਹਿੰਦੀ ਵੀ ਮੈਂ ਵਧੀਆ ਸੂਟ ਨਹੀਂ ਲੈਣਾ, ਮੈਨੂੰ ਗਰਮੀ ਸੂਟ ਹੀ ਲਿਆ ਦਿਓ। ਤੇ ਫਿਰ ਏਦਾਂ ਕਰ, ਮੈਂ ਵੀ ਅੱਜ ਜ਼ਰੂਰੀ ਭੋਗ ਤੇ ਜਾਣਾ ਵਾ ਤੇ ਮੇਰੇ ਕੋਲ ਤੇ ਸ਼ਹਿਰ ਜਾਇਆ ਵੀ ਨਹੀਂ ਜਾਣਾ, ਤੇ ਮੈਂ ਸੂਟ ਲੈ ਕੇ ਆਈ ਆ ਬੜਾ ਸੋਹਣਾ, ਉਹਨੂੰ ਜਚਣਾ ਹੈ ਬੜਾ ਵਾ, ਤੇ ਫਿਰ ਉਹੀ ਲਾ ਦਿਓ, ਬਣਦਾ ਤੇ ਹੈਗਾ ਹੀ ਹੈ ਦੇਣਾ। ਤੇ ਚੱਲ ਏਦਾਂ ਹੀ ਕਰ ਲਓ, ਤੁਹਾਨੂੰ ਫਿਰ ਬਾਅਦ ਚ ਬਣਾ ਦਾਂਗੇ। ਆਹੋ ਤੇ ਪਰ ਮੈਂ ਤਾਂ ਸੋਚਿਆ ਸੀ ਵੀ ਤੁਸੀਂ ਛੱਡ ਆਓਗੇ। ਹਾਏ ਨਹੀਂ, ਮੈਨੂੰ ਅੱਜ ਜ਼ਰੂਰੀ ਜਾਣਾ ਪੈਣਾ, ਮੰਮੀ ਉਧਰੋਂ ਫੋਨ ਆਇਆ ਭਰਜਾਈ ਦਾ, ਫਿਰ ਤੈਨੂੰ ਪਤਾ ਨਾ ਜਾਈਏ ਤੇ ਅਗਲੇ ਮੂੰਹ ਵੱਟਦੇ ਆ। ਗੱਲ ਤੇ ਤੇਰੀ ਠੀਕ ਆ, ਪਰ ਤੈਨੂੰ ਤੇ ਆਪਣੇ ਭਾਈ ਦੇ ਸੁਭਾਅ ਦਾ ਪਤਾ ਹੀ ਆ, ਕਹਿਣ ਨੂੰ ਤੇ ਚੱਲ ਮੈਂ ਕਹਿ ਕੇ ਵੇਖ ਲੈਨੀ, ਜੇ ਨਾਲ ਤੁਰ ਪਏ ਤੇ ਗੱਡੀ ਤੇ ਝੱਟ ਛੱਡ ਆਉਣਾ, ਤੇ ਜੇ ਨਾ ਤੁਰੇ ਤੇ ਮੈਂ ਬੱਸੇ ਕਿੱਦਾਂ ਛੱਡਣ ਜਾਊਂਗੀ ਫਿਰ? ਵੇਹਾਂ, ਮੇਰੀ ਗੱਲ ਸੁਣ, ਲੈ ਮੈਂ ਆਈ ਹਾਂ ਤੇ ਚੱਲ ਰਲ ਮਿਲ ਕੇ ਹੀ ਆ, ਛੱਡ ਤੁਸੀਂ ਆਓ, ਗੱਡੀ ਦਾ ਤੇ ਬੜਾ ਫਾਇਦਾ, ਹੁਣ ਠੰਡ ਨਾਲੇ ਕਿੰਨੀ ਹੋਈ ਆ, ਗੱਡੀ ਚ ਛੱਡ ਕੇ ਘੜੀ ਚ ਤੁਸੀਂ ਆ ਜਾਣਾ ਵਾ। ਤੇ ਪੁੱਛ ਕੇ ਵੇਖ ਲੈਣੀ, ਜੇ ਮੰਨ ਗਏ ਤਾਂ ਠੀਕ ਆ, ਨਹੀਂ ਤੇ ਫਿਰ ਗੋਰੇ ਨੂੰ ਘਲਾ ਦੂੰਗੀ। ਚੱਲ ਵੇਖ ਲੈ ਜਿੱਦਾਂ ਕਰਨੀ ਕਰ ਲਓ, ਮੇਰਾ ਤਾਂ ਜ਼ਰੂਰੀ ਭੋਗ ਤੇ ਜਾਣਾ, ਨਹੀਂ ਤੇ ਮੈਂ ਚਲੀ ਜਾਂਦੀ। ਗਰਮ ਆ ਨਾ, ਕਿਤੇ ਆ ਵੀ ਵੇਲਾ ਟਲਿਆ, ਜੇ ਮੈਂ ਸੁੱਖ ਨੂੰ ਛੱਡਣ ਜਾਂਦੀ ਤੇ ਭੈਣ ਨੇ ਤੇ ਮੇਰੀ ਜਾਨ ਖਾ ਲੈਣੀ ਪੈਸਿਆਂ ਨੂੰ। ਇੱਥੇ ਤਾਂ ਚੱਲ ਫੋਨ ਤੇ ਆਲਾ ਟਾਲਾ ਕਰ ਦੂੰ, ਉਹਦੇ ਗੱਲ ਕਰਨ ਲੱਗੀ ਵੀ ਨਹੀਂ ਵੇਹਦੀ। ਲੈ ਬੈਠੇ ਤੇ ਇਕੱਲੇ ਹੀ, ਪਿਆਰ ਨਾਲ ਗੱਲ ਕਰਕੇ ਵੇਖ ਲੈਂਦੀ। ਗੱਲ ਸੁਣਿਓ, ਉਹ ਸੁੱਖ ਨੂੰ ਛੱਡਣ ਜਾਣਾ ਸੀ ਤੇ ਮੈਂ ਕਹਿੰਦੀ ਸੀ ਆਪਾਂ ਛੱਡ ਆਉਂਦੇ ਜਾ ਕੇ, ਉਹਦੀ ਸੱਸ ਤੇ ਕੱਲ ਹੀ ਨਾਰਾਜ਼ ਸੀ ਵੀ ਸ਼ਾਮੀ ਛੱਡ ਕੇ ਜਾਓ। ਉਹ ਮੈਂ ਇਦਾਂ ਕਰਦਾ ਵਾਂ, ਜੋਬਨ ਤੇ ਦਵਿੰਦਰ ਨੂੰ ਕਹਿ ਦੇਣਾ ਛੱਡ ਆਉਣਗੇ।
ਮੈਂ ਕਿਹਾ ਸੀ ਦਵਿੰਦਰ ਨੂੰ ਕਹਿਣ ਦੇ ਰਿਸ਼ਤੇਦਾਰੀ ਚ ਭੋਗ ਵਾ ਜ਼ਰੂਰੀ ਜਾਣਾ ਵਾ ਨਾ ਜਾਈਏ ਤਾਂ ਗੁੱਸਾ ਕਰ ਲੈਂਦੇ ਆ ਚਲੋ ਗੱਲ ਹੈ ਵੀ ਠੀਕ ਆ ਜਿੱਥੇ ਕੋਈ ਬੁਲਾਏ ਜਾਣਾ ਹੀ ਚਾਹੀਦਾ ਵਾ ਮੈਂ ਕਹਿੰਦੀ ਸੀ ਜੇ ਆਪਾਂ ਜਾ ਕੇ ਛੱਡ ਆਉਂਦੇ ਤੇ ਨਾਲੇ ਠੰਡ ਬੜੀ ਅਸੀਂ ਗੱਡੀ ਤੇ ਝੱਟ ਛੱਡ ਕੇ ਆ ਜਾਣਾ ਸੀ ਚੱਲ ਠੀਕ ਆ ਛੱਡ ਆਉਂਦੇ ਆ ਪਰ ਇੱਕ ਗੱਲ ਵੇਖ ਲਾ ਕੁੜੀ ਨੂੰ ਵਿਆਹੀ ਨੂੰ ਉੱਥੇ ਰਹਿ ਕੇ ਆਈ 2 ਮਹੀਨੇ ਅਸੀਂ 4 ਦਿਨ ਵਾਸਤੇ ਮੰਗਾਈ ਆ ਤੇ ਕਿੱਦਾਂ ਉਹਨਾਂ ਨੇ ਕਿੱਦਾਂ ਦੀਆਂ ਗੱਲਾਂ ਕੀਤੀਆਂ ਹੈ ਤੇ ਉਹ ਗੱਲਾਂ ਨਿਕਲਣ ਵੀ ਲੱਗੀਆਂ ਵਾ ਫਲਾਣੀ ਚੀਜ਼ ਢੀਂਗੜੀ ਚੀਜ਼ ਦੂਸਰਾ ਕੁੜੀ ਨੂੰ 500 ਰੁਪਇਆ ਦਿੱਤਾ ਤੇ ਉਹ ਵੀ ਤੁਰਨ ਲੱਗਿਆ ਕਿ ਖਰਚੀ ਨਾ ਯਾਰ ਇਹੋ ਜਿਹੀਆਂ ਗੱਲਾਂ ਹੁਣੇ ਕਰਨ ਲੱਗੇ ਬਾਕੀ ਤੈਨੂੰ ਗੱਲ ਦੱਸਾਂ ਮੇਰਾ ਸੁਭਾਅ ਥੋੜ੍ਹਾ ਗਰਮ ਜੇ ਮੈਂ ਕੁਝ ਉਲਟਾ ਫੁਲਟਾ ਕਿਹਾ ਨਾ ਤੇ ਫਿਰ ਸਾਰਿਆਂ ਨੂੰ ਲੱਗਣਾ ਗੁੱਸਾ ਤੇ ਉਹਨਾਂ ਨੂੰ ਜ਼ਿਆਦਾ ਲੱਗਣਾ ਤੇ ਦਵਿੰਦਰ ਨੂੰ ਕਹਿ ਕੇ ਤੇ ਤੁਸੀਂ ਆਪ ਹੀ ਇਹ ਮਾਮਲਾ ਸੁਲਝਾ ਲਓ ਨਹੀਂ ਤਾਂ ਫਿਰ ਮੈਂ ਆਪਣੀ ਆਈ ਤੇ ਆ ਗਿਆ ਨਾ ਤੇ ਫਿਰ ਮੇਰਾ ਵੇਖ ਲਿਓ ਕੀ ਬਣਾਉਣਾ ਮੈਂ ਨਹੀਂ ਨਹੀਂ ਤੁਹਾਡਾ ਨਹੀਂ ਹੱਕ ਬਣਦਾ ਕਹਿਣ ਦਾ ਹਾਂ ਚਲੋ ਦਵਿੰਦਰ ਦੀ ਰਿਸ਼ਤੇਦਾਰੀ ਆ ਉਹ ਆਪਣੇ ਤਰੀਕੇ ਨਾਲ ਸਮਝਾ ਸਕਦੀ ਆ ਬਾਕੀ ਕੋਈ ਗੱਲ ਨਹੀਂ ਨਵੀਂ ਸਮੀ ਰਿਸ਼ਤੇਦਾਰੀ ਆ ਇੱਕ ਦੂਜੇ ਨੂੰ ਸਮਝਣ ਲੱਗਿਆ ਵੀ ਥੋੜਾ ਟਾਈਮ ਲੱਗਦਾ ਵਾ ਉਹੀ ਤਾਂ ਮੈਂ ਕਹਿ ਰਿਹਾ ਹਜੇ ਦਿਨ ਕਿਹੜਾ ਤੇ ਰਾਤ ਕਿਹੜੀ ਚਲੋ ਇਹ ਗੱਲ ਦਾ ਤੁਹਾਨੂੰ ਵੀ ਗੁੱਸਾ ਲੱਗਾ ਵਾ ਵੀ ਜੇ ਵਿਚਾਰੀ ਆਈ ਸੀ ਤੇ 4 ਦਿਨ ਰਹਿ ਦੇਣ ਦਿੰਦੀ ਚਲੋ ਕੋਈ ਗੱਲ ਨਹੀਂ ਹੁਣ ਜੇ ਉਹਨਾਂ ਬੁਲਾਇਆ ਵਾ ਨਾ ਤੇ ਫਿਰ ਭੇਜਣਾ ਹੀ ਪੈਣਾ ਵਾ ਸਹੁਰੇ ਆ ਆਖਰ ਨੂੰ ਉਹਨਾਂ ਦਾ ਹੱਕ ਉੱਤੇ ਆ ਕੀ ਕਹਿ ਸਕਦੇ ਆ ਨਾਲੇ ਉਹ ਕਹਿੰਦੀ ਮੈਂ ਠੀਕ ਨਹੀਂ ਆ ਹੋ ਸਕਦਾ ਵੀ ਨਾ ਵੀ ਠੀਕ ਹੋਵੇ ਯਾਰ ਠੀਕ ਨਹੀਂ ਆ ਤੇ 2 ਮਹੀਨੇ ਦੇ ਵਿਆਹ ਨੂੰ ਆਇਆ ਤੇ ਹੁਣੇ ਉਹਨੂੰ ਕੰਮ ਕਾਰ ਤੇ ਲਾ ਦੇਣਾ ਸਾਰਾ ਗੋਹਾ ਕੂੜਾ ਉਹਨਾਂ ਦੇ ਇੰਨੇ ਡੰਗਰ ਵਾ ਇੰਨਾ ਕੁਛ ਮਾਲ ਡੰਗਰ ਵਾ ਕੋਈ ਨੌਕਰ ਨਾਕਰ ਰੱਖ ਲੈਣ ਕਿ ਸਾਰਾ ਹੁਣ ਇਹਨਾਂ ਜਨਾਨੀਆਂ ਨੇ ਕਰਨਾ ਵਾ ਪਰ ਇਹ ਗੱਲ ਅਸੀਂ ਸਿੱਧੀ ਵੀ ਨਹੀਂ ਨਾ ਕਹਿ ਸਕਦੇ ਮੈਂ ਉਹ ਤੇ ਕਹਿਣ ਦੀ ਵੀ ਦਵਿੰਦਰ ਦੀ ਰਿਸ਼ਤੇਦਾਰੀ ਆ ਉਹ ਕਿਸ ਤਰੀਕੇ ਨਾਲ ਗੱਲ ਕਰੇ ਤੇ ਗੱਲ ਵੱਖਰੀ ਆ ਚਲ ਕੋਈ ਗੱਲ ਨਹੀਂ ਤੁਸੀਂ ਹੋਵੋ ਤਿਆਰ ਮੈਂ ਵੀ ਕੱਪੜੇ ਪਾ ਲਾਂ ਤੇ ਛੱਡ ਆਈਏ ਬਾਕੀ ਨਿਆਣੀ ਦੇ ਸਾਹਮਣੇ ਨਾ ਹਿੱਟਾਂ ਦੀਆਂ ਗੱਲਾਂ ਕਰਿਓ ਨਹੀਂ ਉਹਦੇ ਸਾਹਮਣੇ ਤਾਂ ਮੈਂ ਕੀ ਕਰਨਾ ਟੈਨਸ਼ਨ ਲਊਗੀ ਮੈਂ ਆਪੇ ਗੱਲ ਕਰ ਲੂੰਗਾ ਪਰ ਪਹਿਲਾਂ ਤੁਹਾਡੇ ਤੇ ਦਵਿੰਦਰ ਤੇ ਛੱਡੀ ਗੱਲ ਇਹ ਕਰਨ ਨਹੀਂ ਤਾਂ ਫਿਰ ਮੈਨੂੰ ਕਰਨਾ ਆਉਂਦੀ ਗੱਲ ਤੇ ਨਾਲੇ ਪੱਗ ਪੁੱਗ ਬੰਨ ਕੇ ਤਿਆਰ ਹੋ ਜਾਓ ਮੈਂ ਕੱਪੜੇ ਮੈਂ ਬੰਨ ਲੈਣਾ ਪੱਗ ਬੰਨ ਲੈਣਾ ਜਾਓ ਤੇ ਮੰਮੀ ਕੀ ਕਰਨ ਦੇ ਕੁਛ ਨਹੀਂ ਬੁਈ ਨੂੰ ਛੱਡਣ ਚੱਲੇ ਆ ਛੱਡਣ ਚੱਲੇ ਜੀ ਆਹੋ ਹਲੇ 3-4 ਦਿਨ ਤੇ ਹੋਏ ਬੁਈ ਨੂੰ ਆਈ ਨੂੰ ਉਹਦੀ ਸੱਸ ਨਹੀਂ ਠੀਕ ਕਹਿੰਦੀ ਛੱਡ ਜੋ ਲੈ ਉਹਨੂੰ ਕੀ ਹੋ ਗਿਆ ਜਦੋਂ ਅਸੀਂ ਗਏ ਉਧਰ ਚੰਗੀ ਭਲੀ ਸੀ ਐਵੇਂ ਬਹਾਨੇ ਮਾਰਦੀ ਹੋਣੀ ਆ ਚੱਲ ਜਿੱਦਾਂ ਮਰਜ਼ੀ ਵੀ ਆ ਛੱਡ ਕੇ ਤੇ ਆਉਣਾ ਹੀ ਪੈਣਾ ਕੌਣ ਚੱਲਿਆ ਮੈਂ ਤੇ ਤੇਰੇ ਪਾਪਾ ਰੋਟੀ ਰਾਟੀ ਖਾ ਕੇ ਜਾਇਆ ਕਰ ਉੱਥੇ ਨਾ ਆਸੂਸ ਰੱਖੇ ਰੋਟੀ ਦੀ ਐਵੇਂ ਨਾ ਕਰਿਆ ਕਰ ਇਹੋ ਜਿਹੀਆਂ ਗੱਲਾਂ ਨਾਲ ਮੇਰੀ ਗੱਲ ਫਿਰ ਨਾਲ ਮੇਰੀ ਗੱਲ ਸੁਣ ਪਾਪਾ ਨੂੰ ਇਹ ਗੱਲ ਦੱਸਣ ਦੀ ਕੀ ਜ਼ਰੂਰਤ ਸੀ ਵੀ ਉਹਨੇ ਭੂਈ ਨੂੰ 500 ਰੁਪਇਆ ਦਿੱਤਾ ਤਾਂ ਦੇ ਕੇ ਕਹਿੰਦੀ ਖਰਚੀ ਨਾ ਤੈਨੂੰ ਕਿੰਨੀ ਵਾਰੀ ਗਿਆ ਵਾ ਉਹਨਾਂ ਦਾ ਸੁਭਾਅ ਨਹੀਂ ਚੰਗਾ ਉਹਨਾਂ ਦੇ ਨਾਲ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰ ਮੈਨੂੰ ਪੁੱਛਦੇ ਸੀ ਕਹਿੰਦੇ ਵੀ ਗਿਆ ਕਿੱਦਾਂ ਸੇਵਾ ਸੁਭਾਅ ਕੀਤੀ ਉਹਨਾਂ ਨੇ ਤੇ ਮੇਰੇ ਕੋਲੋਂ ਗੱਲ ਨਿਕਲ ਗਈ ਨਾਲੇ ਮੈਂ ਮਨ 'ਚ ਸੋਚਿਆ ਮੈਂ ਇਹਨਾਂ ਨੂੰ ਹੀ ਪਤਾ ਲੱਗੂਗਾ ਜਦੋਂ ਮੈਂ ਤੇ ਮੰਮੀ ਜਾਂਦੇ ਹੁੰਦੇ ਸੀ ਉਹਨਾਂ ਦੇ ਫੇਰ 500 ਦਿੱਤਾ ਸਾਨੂੰ ਤੇ 100 ਰੁਪਇਆ ਦੇ ਕੇ ਤੋਰਦੇ ਹੁੰਦੇ ਸੀ ਵੀ ਤੇਲ ਪਵਾ ਲਿਓ ਵੇਖ ਗੌਰਵ ਕੁਝ ਗੱਲਾਂ ਕਰਨ ਵਾਲੀਆਂ ਹੁੰਦੀਆਂ ਕੁਝ ਨਹੀਂ ਤੈਨੂੰ ਪਤਾ ਉਹਨਾਂ ਦੇ ਸੁਭਾਅ ਦਾ ਅੱਜ ਹੁਣ ਜਿੱਦਾਂ ਛੱਡਣ ਜਾਣਾ ਵਾ ਇਹਨਾਂ ਦਾ ਕੀ ਭਰੋਸਾ ਉੱਥੇ ਜਾ ਕੇ ਇਹੋ ਜਿਹੀਆਂ ਗੱਲਾਂ ਛੇੜ ਕੇ ਬਹਿ ਜਾਣ ਅਜੇ ਨਵੇਂ ਸਮੇਂ ਰਿਸ਼ਤੇਦਾਰੀ ਆ ਤੇ ਤੁਸੀਂ ਕਿ ਜਾਣਾ ਵਾ ਤੁਸੀਂ ਚਾਚੀ ਨੂੰ ਕਹਿੰਦੇ ਚਾਚਾ ਚਾਚੀ ਛੱਡ ਆਉਂਦੇ ਜਾ ਕੇ ਚਾਚੀ ਤੇ ਭੈਣ ਆ ਕਿਹਾ ਤੇ ਮੈਂ ਚਾਚੀ ਨੂੰ ਹੀ ਉਹਨਾਂ ਦੀ ਰਿਸ਼ਤੇਦਾਰੀ 'ਚ ਕਿਸੇ ਦਾ ਭੋਗ ਵਾ ਤੇ ਉੱਥੇ ਜਾਣਾ ਵੀ ਜ਼ਰੂਰੀ ਆ ਤਾਂ ਕਰਕੇ ਮੈਂ ਚੱਲ ਅਸੀਂ ਗੱਡੀ ਤੇ ਛੱਡ ਆਉਣਾ ਉਹਦੇ ਤੇਰੇ ਪਾਪਾ ਮੰਨ ਗਏ ਨਾ ਮੰਨਦੇ ਫਿਰ ਤੈਨੂੰ ਜਾਣਾ ਪੈਣਾ ਸੀ ਉਹ ਤੇ ਠੀਕ ਆ ਮੈਂ ਤੁਹਾਨੂੰ ਦੱਸਣ ਡਿਆ ਖਾ ਪੀ ਕੇ ਜਾਇਓ ਘਰੋਂ ਭੁੱਖੇ ਨਾ ਥਰੇਓ ਸਾਰਾ ਦਿਨ ਬਹੁਤੀਆਂ ਗੱਲਾਂ ਨਾ ਕਰ ਤੇ ਆਪਣੇ ਪਾਪਾ ਨੂੰ ਕਿਹਾ ਵੀ ਪੱਗ ਬੰਨ ਲੈ ਨਾਨਕੇ ਕੱਪੜੇ ਮੈਂ ਉੱਧਰ ਕੱਢ ਕੇ ਰੱਖਦੇ ਆ ਤੇ ਨਾਲੇ ਗੱਲ ਸੁਣ ਰੋਟੀ ਪਕਾ ਕੇ ਰੱਖਦੀ ਜੇ ਤਾਂ ਭੁੱਖ ਲੱਗੂ ਖਾ ਲਈ ਠੀਕ ਆ ਸੋਕ ਕੱਪੜੇ ਪਾ ਲੈ ਸਾਰੇ ਪਾ ਲੈ ਆਲੇ ਸੂਟ ਪੱਗ ਪਾ ਲਈ ਹੈ ਨਾ ਪੱਗ ਪਾ ਲਈ ਆਲਾ ਸੂਟ ਨਾਲ ਸਟੋਲ ਆਪਣੀ ਸੱਸ ਨੂੰ ਦੱਸਦੀ ਜਾ ਕੇ ਕਹੀ ਮੈਂ ਆਪ ਹੀ ਗਰਮ ਸੂਟ ਬਣਵਾਇਆ ਸੀ ਤੇ ਕੋਈ ਨਹੀਂ ਚਿੰਤਾ ਨਾ ਕਰੀ ਲਿਆਵਾਂਗੇ ਫੇਰ ਗੱਲ ਪਾਉਣਾ ਹੀ ਹੋ ਠੀਕ ਆਹੋ ਰੀਜਨਾ ਬਣਾਇਆ ਵਾ ਚੱਲ ਆ ਜਾਓ ਜਲਦੀ ਚੱਲ